ਸ੍ਰੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀ ਵੀ ਤੋਂ, ਅਤੇ ਅੱਜ ਭਾਈ ਸਾਹਿਬ ਸਾਨੂੰ ਮਿਲੇ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ 'ਤੇ, ਜਿੱਥੇ ਅਨੇਕ ਪ੍ਰਕਾਰ ਦੇ ਕੀਰਤਨ ਦਰਬਾਰ ਚੱਲਦੇ ਆ। ਉਹਨਾਂ ਨੇ ਵੀ ਇੱਕ ਉਹਨਾਂ ਦੇ ਮਨ ਦੇ ਵਿੱਚ ਭਾਵਨਾ ਵੀ ਅਸੀਂ ਇੱਕ ਸ਼ਬਦ ਹੈ ਹੋਲੇ ਮਹੱਲੇ ਨੂੰ ਸਮਰਪਿਤ ਹੈ, ਉਹ ਜਿਹੜਾ ਸੁਣਾਉਣ ਤੁਹਾਨੂੰ ਸੁਣਾਵਾਂਗੇ। ਜੀ ਬਾਬਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਜੀ ਸਟਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਸਤਾ ਗੁਰੂ ਸਾਡੇ ਗੁਰੂ ਸਾਹਿਬਾਨਾਂ ਦੀ ਪਾਵਨ ਪਵਿੱਤਰ ਧਰਤੀ ਪੀਵੋ ਪੌਲ ਖੰਡੇ ਤਾਰ ਹੋਏ ਜਨਮ ਸਹੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਦੇ ਮਹਾਂ ਵਾਕ ਅਨੁਸਾਰ, ਜਿੱਥੇ ਲੱਖਾਂ ਹੀ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਾਵਨ ਧਰਤੀ 'ਤੇ ਹੋਲੇ ਮਹੱਲੇ ਦਾ ਪਾਵਨ ਦਿਹਾੜਾ ਸੰਗਤਾਂ ਦੇਸ਼ਾਂ ਵਿਦੇਸ਼ਾਂ 'ਤੇ ਆ ਕੇ ਮਨਾ ਰਹੀਆਂ ਨੇ, ਤਾਂ ਸਾਧ ਸੰਗਤ ਜੀ ਬਹੁਤ ਵੱਡੇ ਭਾਗਾਂ ਵਾਲੇ ਨੇ, ਕਰਮਾਂ ਵਾਲੇ ਨੇ, ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਧਰਤੀ 'ਤੇ ਹੋਲੇ ਮਹੱਲੇ ਦਾ ਪਾਵਨ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ। ਤਾਂ ਜਿੱਥੇ ਹਿੰਦੂਆਂ ਦੀ ਹੋਲੀ ਸੀ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ, ਸਿੱਖ ਕਹਿਣ ਲੱਗੇ ਮਹਾਰਾਜ ਹਿੰਦੂ ਹੋਲੀ ਮਨਾਉਂਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਿੱਖਾਂ ਨੂੰ ਹੋਲੇ ਮਹੱਲੇ ਦੀ ਬਖਸ਼ਿਸ਼ ਕਰ ਦਿੱਤੀ, ਆਓ ਸਾਰੀਆਂ ਸੰਗਤਾਂ ਜਿੱਥੇ ਹਾਜ਼ਰੀਆਂ ਭਰੀਆਂ ਨੇ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਨੂੰ ਆਪਾਂ ਵੀ ਇੱਕ ਸ਼ਬਦ ਰੂਪੀ ਧਾਰਨਾ ਗਾ ਕੇ ਹੋਲੇ ਮਹੱਲੇ ਦੀ ਸੰਗਤਾਂ ਨੂੰ ਵਧਾਈਆਂ ਦਈਏ। ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਮਾਤਾ ਗੁਜਰ ਕੌਰ ਜੀਆਂ ਦੇ ਲਾਲ, ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਹੋਲੇ ਮਹੱਲੇ ਨੂੰ ਸ਼ਾਸਤਰ ਵਿੱਦਿਆ ਦੇ ਜੌਹਰ, ਘੋੜ ਸਵਾਰੀ ਦੇ ਜੌਹਰ ਦਿਖਾਏ ਸਨ, ਉੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਹੋਲਾ ਮਹੱਲਾ ਖੇਡਿਆ ਸੀ। ਆਓ ਗੱਜ ਵੱਜ ਕੇ ਪੜ੍ਹੀਏ ਜੀ ਸਾਰੇ ਜਣੇ। ਹੋ ਮਾਤਾ ਗੁਜਰੀ ਦਾ ਲਾਲ ਖੇਲੇ ਹੋਲਾ ਜੀ, ਲਾਲ ਖੇਲੇ ਹੋਲਾ ਜੀ, ਹੋਲਾ ਮਹੱਲਾ ਅਨੰਦਪੁਰ ਦਾ। ਮਾਤਾ ਗੁਜਰੀ ਦਾ ਲਾਲ ਖੇਲੇ ਹੋਲਾ ਜੀ, ਹੋਲਾ ਮਹੱਲਾ ਅਨੰਦਪੁਰ ਦਾ। ਚੰਡੇ ਝੂਲਦੇ ਨਗਾਰੇ ਵੱਜਦੇ ਜੀ, ਚੰਡੇ ਝੂਲਦੇ ਨਗਾਰੇ ਵੱਜਦੇ ਜੀ, ਚੰਡੇ ਝੂਲਦੇ ਨਗਾਰੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ। ਚੰਡੇ ਝੂਲਦੇ ਨਗਾਰੇ ਵੱਜਦੇ ਨੀਲੇ ਤੇ ਸਵਾਰ ਪਾਤਸ਼ਾਹ। ਮਾਤਾ ਗੁਜਰੀ ਦਾ ਲਾਲ ਖੇਲੇ ਹੋਲਾ ਜੀ, ਹੋਲਾ ਮਹੱਲਾ ਅਨੰਦਪੁਰ ਦਾ। ਮਾਤਾ ਗੁਜਰੀ ਦਾ ਲਾਲ ਖੇਲੇ ਹੋਲਾ ਜੀ, ਹੋਲਾ ਮਹੱਲਾ ਅਨੰਦਪੁਰ ਦਾ। ਸਾਰੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਜੀ ਸਟਾਰ ਦਾ, ਉਸ ਤੋਂ ਬਾਅਦ ਸਾਰੀਆਂ ਸੰਗਤਾਂ ਨੂੰ ਮਹਾਂਪੁਰਸ਼ਾਂ ਵੱਲੋਂ ਹੋਲੇ ਮਹੱਲੇ ਦੇ ਪਾਵਨ ਦੇ ਤਿਰ ਦੀਆਂ ਲੱਖ ਲੱਖ ਵਧਾਈਆਂ। ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਨਾਮਦਾਨ ਦੀ ਦਾਤ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਕਿਰਪਾਲ ਸਿੰਘ ਲੋਗੜ।